ਨਸ਼ੇ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਮਿਲੀ ਜਦੋਂ ਭੈਣੀ ਮੀਆਂ ਖਾਂ ਦੇ SHO ਸਾਹਿਬ ਤੇ ਇਹਨਾਂ ਨਾਲ SI ਸੁਰਜਨ ਸਿੰਘ ਨੇ ਜਿਹੜਾ ਸੀਗਾ ਟੀ ਪੁਆਇੰਟ ਰਾਜ ਸਵਾਮੀ ਡੇਰੇ ਤੇ ਕੱਲ ਜਿਹੜਾ ਸ਼ਾਮੀ ਜਿਹੜਾ ਨਾਕਾ ਲਾਇਆ ਸੀਗਾ ਤੇ ਇੱਕ ਆਈਕੋਨ ਫੋਰਡ ਜਿਹੜੀ ਆ ਕਾਰ ਆਈ ਜਿਹਨੂੰ ਰੋਕ ਕੇ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਆ 6 ਕੈਨ ਜਿਹੜੀ ਆ ਪਲਾਸਟਿਕ ਦੇ ਭਰੇ ਹੋਏ ਬਰਾਮਦ ਹੋਈ ਆ ਜਿਹਨਾਂ ਵਿੱਚ ਜਿਹੜੇ ਦੋਸ਼ੀ ਸੀਗੇ ਲਵਪ੍ਰੀਤ ਸਿੰਘ ਏਰੀਅਸ ਲਵ ਪੁੱਤਰ ਸੁੱਚਾ ਸਿੰਘ ਵਾਸੀ ਦੰਬੂੜੀ ਤੇ ਬਲਦੇਵ ਸਿੰਘ ਏਰੀਅਸ ਦੇਵ ਪੁੱਤਰ ਕੁਲਵੰਤ ਸਿੰਘ ਵਾਸੀ ਸਿੰਘੋਵਾਲ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਨਾ ਪਤਾ ਪੁੱਛਣ ਤੇ ਪਤਾ ਲੱਗਾ ਜਿਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਗਿਆ ਸੀਗਾ। 6 ਕੈਨ ਜਿਹੜੀ ਪਲਾਸਟਿਕ ਆ ਇਹਦੀ ਜਿਹੜੀ ਆ ਮਿਣਤੀ ਜਿਹੜੀ ਕੀਤੀ ਗਈ ਸੀਗੀ ਜਿਹੜੀ 1,80,000 ML ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਜਿਹਦੇ ਸੰਬੰਧ ਦੇ ਵਿੱਚ ਥਾਣਾ ਭੈਣੀ ਮੀਆਂ ਖਾਂ ਵਿਖੇ ਮੁਕਦਮਾ ਨੰਬਰ 45 ਡੇਟਡ 5/8/24 ਅੰਡਰ ਸੈਕਸ਼ਨ 61(14) ਐਕਸਾਈਜ਼ ਐਕਟ ਦੇ ਤਹਿਤ ਦਰਜ ਕਰਕੇ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਗਈ ਆ ਤੇ ਕਹਦੇ ਅਨੁਸਾਰ ਦੋਵਾਂ ਦੋਸ਼ੀਆਂ ਨੂੰ ਜਿਹੜਾ ਵਾ ਅਦਾਲਤ ਵਿੱਚ ਪੇਸ਼ ਅੱਜ ਕੀਤਾ ਜਾ ਰਿਹਾ ਵਾ। ਇਹਨਾਂ ਨੇ ਜਿਹੜਾ ਪੁੱਛਗਿੱਛ ਤੇ ਦੱਸਿਆ ਵੀ ਇਹ ਮੌਜਪੁਰ ਤੋਂ ਜਿਹੜਾ ਵਾ ਲੈ ਕੇ ਆਏ ਸੀਗੇ ਤੇ ਅੱਗੇ ਇਹਨਾਂ ਨੇ ਆਪਣੇ ਪਿੰਡਾਂ ਵਿੱਚ ਜਿਹੜਾ ਦਮੂੜੀ ਤੇ ਇੱਧਰ ਦੀਨਾਨਗਰ ਸਾਈਡ ਜਾ ਕੇ ਜਿਹੜੀ ਆ ਪ੍ਰਚੂਨ ਦੇ ਵਿੱਚ ਵੇਚਣੀ ਸੀਗੀ।